ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿਚ ਤੁਹਾਡਾ ਫਿਰ ਸਵਾਗਤ। ਇੱਕ ਦਿਨ ਰਹਿ ਗਿਆ ਪੰਜਾਬ ਦੀ ਇਲੈਕਸ਼ਨ ਦੇ ਵਿਚ, ਔਰ ਪੰਜਾਬ ਦੇ ਵਿਚ ਹੁਣ ਬਹੁਤ ਜਿਹੜਾ ਹੈ ਅਕਸਰ ਹੁੰਦਾ ਜਿਹੜਾ ਇਲੈਕਸ਼ਨ ਦੇ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਗਰਮ ਨੇ। ਅਫਵਾਹ ਦੇ ਬਾਜ਼ਾਰ ਗਰਮ ਹੋਣ ਦਾ ਇੱਕ ਸੁਭਾਵਿਕ ਹੁੰਦਾ ਜਦੋਂ ਇੰਨੀ ਜ਼ਿਆਦਾ ਟੈਨਸ਼ਨ ਹੋਵੇ। ਲੇਕਿਨ ਇਸ ਵਾਰ ਜਿਵੇਂ ਪਹਿਲਾਂ ਬਹੁਤ ਵਾਰ ਤੁਹਾਡੇ ਨਾਲ ਗੱਲ ਹੋ ਚੁੱਕੀ ਹੈ ਕਿ ਇਸ ਵਾਰ ਦੀ ਇਲੈਕਸ਼ਨ ਦੇ ਵਿਚ ਆਮ ਲੋਕ ਜਿਹੜੇ ਨੇ ਜਾਂ ਤਾਂ ਖਾਮੋਸ਼ ਨੇ ਜਾਂ ਉਹ ਇਸ ਤਰ੍ਹਾਂ ਦੀ ਟੈਨਸ਼ਨ ਤੋਂ, ਇਸ ਤਰ੍ਹਾਂ ਦੀ ਜਿਹੜੀ ਇੱਕ ਖਾਸ ਕਿਸਮ ਦੇ ਇੱਕ ਮਾਹੌਲ ਹੁੰਦਾ ਉਹ ਤੋਂ ਦੂਰ ਨੇ। ਪੋਲੀਟੀਕਲ ਪਾਰਟੀਜ਼, ਉਹਨਾਂ ਦੇ ਕੈਂਡੀਡੇਟਸ, ਇਹ ਤਾਂ ਬਿਲਕੁਲ ਉਹ ਉਸੇ ਤਰ੍ਹਾਂ ਦੀ ਟੈਨਸ਼ਨ ਹੈ। ਜਾਂ ਸਾਡਾ ਮੀਡੀਆ, ਮੀਡੀਆ ਦੇ ਵਿਚ ਵੀ ਬਹੁਤ ਕੁਛ ਜਿਹੜਾ ਹੈ ਉਹ ਚੱਲ ਰਿਹਾ। ਲੇਕਿਨ ਪਿਆਰੇ ਦਰਸ਼ਕੋ, ਜਿਹੜਾ ਮੈਂ ਕਾਫੀ ਪਿੰਡਾਂ ਔਰ ਸ਼ਹਿਰਾਂ ਦਾ, ਕਈ ਕੰਸਟੀਚੁਐਂਸੀ ਦੇ ਸ਼ਹਿਰਾਂ ਦਾ ਦੌਰਾ ਕਰਕੇ ਦੇਖਿਆ ਕਿ ਆਮ ਜਿਹੜਾ ਵੋਟਰ ਹੈ ਉਹ ਸ਼ਾਇਦ ਓਨਾ ਦਿਲਚਸਪੀ ਨਹੀਂ ਦਿਖਾ ਰਿਹਾ ਜਿਵੇਂ ਕਿ ਅਕਸਰ ਚੋਣਾਂ ਵਿਚ ਦਿਖਾਈ ਜਾਂਦੀ ਨਜ਼ਰ ਆਉਂਦੀ ਹੈ। ਹੋ ਸਕਦਾ ਅੰਦਰੋਂ ਅੰਦਰ ਹੀ ਜ਼ਿਆਦਾ ਦਿਲਚਸਪੀ ਉਹਦੀ ਉਸ ਤਰ੍ਹਾਂ ਬਰਕਰਾਰ ਹੋਵੇ, ਲੇਕਿਨ ਬਾਹਰੋਂ ਬਿਲਕੁਲ ਉਹ ਖਾਮੋਸ਼ ਹੈ, ਨਜ਼ਰ ਨਹੀਂ ਆ ਰਿਹਾ। ਹਾਂ, ਪਿੰਡਾਂ ਦੇ ਵਿਚ ਖਾਸ ਤੌਰ ਤੇ ਮਹਿਲ ਕਲਾਂ ਦੇ ਇਲਾਕੇ ਦੇ ਵਿਚ, ਪੱਖੋਂ ਕੇ ਇਧਰ ਬਰਨਾਲਾ, ਇੱਥੇ ਕੁਛ ਪਿੰਡਾਂ ਦੇ ਵਿਚ ਝੰਡੀਆਂ ਆਮ ਤੌਰ ਤੇ ਘਰਾਂ ਦੇ ਉੱਤੇ ਦਿਖਾਈ ਦਿੱਤੀਆਂ, ਅਦਰਵਾਈਜ਼ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਸੀ। ਖੈਰ, ਜਿਹੜੀ ਗੱਲ ਮੈਂ ਅੱਜ ਕਰਨੀ ਹੈ ਤੁਹਾਡੇ ਨਾਲ, ਕਿਉਂਕਿ ਸਿਰਫ ਕੱਲ ਦਾ ਦਿਨ ਵਿਚ ਹੈ ਔਰ ਹੁਣ ਡੋਰ ਟੂ ਡੋਰ ਕਨਵੈਂਸਿੰਗ ਹੋ ਰਹੀ ਹੈ, ਚੋਣ ਪ੍ਰਚਾਰ ਬੰਦ ਹੋ ਚੁੱਕਿਆ ਔਰ ਉਸ ਤੇ ਇਸ ਹਾਲਾਤ ਦੇ ਵਿਚ ਹੁਣ ਜਿਹੜੇ ਨੇ ਕੈਂਡੀਡੇਟ ਔਰ ਉਹਨਾਂ ਦੇ ਪਰਿਵਾਰ ਮੈਂਬਰ ਘਰ ਘਰ ਜਾ ਕੇ ਉਹ ਪ੍ਰਚਾਰ ਕਰ ਰਹੇ ਨੇ। ਤੋ ਇਸ ਤਰ੍ਹਾਂ ਲੱਗਦਾ ਹੈ ਕਿ ਅਗਲੇ ਬਸ ਜਿੰਨਾ ਕੁ ਟਾਈਮ ਬਚਿਆ ਉਹਦੇ ਵਿਚ ਜਿੰਨਾ ਕੁ ਵੱਧ ਤੋਂ ਵੱਧ ਲੋਕਾਂ ਤੱਕ ਮਿਲਿਆ ਜਾ ਸਕੂਗਾ, ਉਹ ਜਿਹੜੇ ਕੈਂਡੀਡੇਟ ਨੇ ਉਹ ਮਿਲਣਗੇ। ਜਾਂ ਉਹਨਾਂ ਦੇ ਮਨਾਂ ਚ ਇਹ ਹੈ ਕਿ ਜਿੱਥੇ ਇੰਨਾ ਕੀਤਾ, ਇੰਨੀ ਠੰਡ ਚ ਇੰਨਾ ਪ੍ਰਚਾਰ ਕੀਤਾ, ਇੱਕ ਦਿਨ ਹੋਰ ਸਹੀ, ਮਤਲਬ ਹਾਲਾਂਕਿ ਥੱਕੇ ਹੋਏ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ, ਲੇਕਿਨ ਹਾਲੇ ਵੀ ਉਹ ਲੱਗੇ ਹੋਏ ਨੇ ਇਸ ਕੰਮ ਦੇ ਵਿਚ। ਵੱਡੀ ਖਬਰ ਜਿਹੜੀ ਹੈ ਜਿਹਤੇ ਸਭ ਦੀ ਨਿਗਾਹ ਸੀ ਉਸ ਬਾਰੇ, ਹਾਲਾਂਕਿ ਮੀਡੀਆ ਚ ਸਪਸ਼ਟ ਤਾਂ ਕਿਤੇ ਨਹੀਂ, ਲੇਕਿਨ ਜਿਹੜੀਆਂ ਖਬਰਾਂ ਆ ਰਹੀਆਂ ਨੇ, ਜਿਹੜਾ ਖਬਰਾਂ ਦਾ ਬਾਜ਼ਾਰ ਜਿਹੜਾ ਗਰਮ ਹੈ ਕਿ ਡੇਰੇ ਵਾਲਿਆਂ ਨੇ ਕਾਂਗਰਸ ਨੂੰ ਹਮਾਇਤ ਦਿੱਤੀ ਹੈ। ਜੇ ਡੇਰਾ ਸੱਚਾ ਸੌਦਾ ਕਾਂਗਰਸ ਨੂੰ ਹਮਾਇਤ ਦੇ ਦਿੰਦਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਤਾਂ ਨਿਸ਼ਚਿਤ ਤੌਰ ਤੇ ਮਾਲਵਾ ਦੇ ਵਿਚ ਇਸ ਦਾ ਇੱਕ ਜਿਹੜਾ ਹੈ ਵੱਡਾ ਫਰਕ ਪੈਣ ਵਾਲਾ ਹੈ ਸਾਰੇ ਹਾਲਾਤ ਦੇ ਵਿਚ। ਇਹ ਤਾਂ ਹੁਣ ਸਮਾਂ ਦੱਸੇਗਾ, ਲੇਕਿਨ ਜੇ ਤੁਸੀਂ ਸਰਦੂਲਗੜ੍ਹ ਤੋਂ ਪਟਿਆਲਾ ਤੱਕ ਦਾ ਸਫ਼ਰ ਕਰੋ ਤਾਂ ਜਿੰਨੀਆਂ ਵੀ ਕੰਸਟੀਚੁਐਂਸੀ ਮਾਲਵਾ ਦੇ ਵਿਚ ਆਉਂਦੀਆਂ ਨੇ, ਉੱਥੇ ਡੇਰਾ ਸੱਚਾ ਸੌਦਾ ਦੀ ਜਿਹੜੀ ਵੋਟ ਹੈ ਉਹ ਕਾਫੀ ਜ਼ਿਆਦਾ ਜਿਹੜੀ ਹੈ ਪ੍ਰਭਾਵਿਤ ਕਰਦੀ ਹੈ। ਔਰ ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕੱਲ ਮਿਲੇ ਜਿਹੜਾ ਹੈ ਸਿਰਸਾ ਦੇ ਡੇਰੇ ਦੇ ਮੁਖੀ ਨੂੰ, ਉਹਨਾਂ ਨੇ ਇਹ ਗੱਲ ਉਹਨਾਂ ਨੂੰ ਮਨਾਉਣ ਚ ਕਾਮਯਾਬ ਹੋ ਗਏ ਕਿ ਉਹ ਕਾਂਗਰਸ ਦੀ ਮਦਦ ਕਰਨ। ਸੋ ਇਸ ਹਾਲਾਤ ਦੇ ਵਿਚ ਜੇ ਇਸ ਤਰ੍ਹਾਂ ਦਾ ਹੋ ਜਾਂਦਾ ਤਾਂ ਜਿੰਨੇ ਵੀ ਚੋਣ ਸਰਵੇਖਣ, ਜਿੰਨੀਆਂ ਵੀ ਕਿਆਸ ਰਾਈਆਂ ਨੇ, ਉਹਨਾਂ ਚ ਬਿਲਕੁਲ ਇੱਕ ਵੱਡਾ ਫਰਕ ਪੈਣਾ ਸੁਭਾਵਿਕ ਹੈ, ਇਹ ਗੱਲ ਸਪਸ਼ਟ ਹੋ ਰਹੀ ਹੈ। ਦੂਜੀ ਗੱਲ ਇਹ ਹੈ ਕਿ ਬਹੁਤ ਥਾਂ ਥਾਂ ਤੋਂ ਇਹ ਖਬਰਾਂ ਆ ਰਹੀਆਂ ਨੇ, ਹਾਲਾਂਕਿ ਜਿਹੜੀਆਂ ਖਬਰਾਂ ਚੋਣ ਕਮਿਸ਼ਨ ਦੀਆਂ ਨੇ ਕਿ ਜੀ 33 ਕਰੋੜ ਰੁਪਏ ਤੋਂ ਵੱਧ ਜਿਹੜਾ ਹੈ ਉਹ ਕੈਸ਼ ਫੜੀ ਗਈ, ਔਰ ਜਿਹੜਾ 1.5 ਲੱਖ ਲੀਟਰ ਤੋਂ ਵੱਧ ਸ਼ਰਾਬ ਜਿਹੜੀ ਹੈ ਉਹ ਫੜੀ ਗਈ, ਜੋ ਇਸ ਤਰ੍ਹਾਂ ਹੀ ਹੈਰੋਇਨ ਔਰ ਭੁੱਕੀ ਸਮੈਕ ਵੱਡੀ ਮਾਤਰਾ ਚ ਫੜੇ ਗਏ, ਨਕਲੀ ਕਰੰਸੀ ਫੜੀ ਗਈ। ਇਹ ਗੱਲ ਕਾਫੀ ਹੱਦ ਤੱਕ ਠੀਕ ਹੈ ਕਿ ਕੈਸ਼ ਵੰਡਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਹੁਣ ਆ ਰਹੀਆਂ ਨੇ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਕੈਸ਼ ਵੰਡਿਆ ਵੀ ਜਾ ਰਿਹਾ, ਕੈਸ਼ ਫੜਿਆ ਵੀ ਜਾ ਰਿਹਾ, ਔਰ ਵੰਡਣ ਵਾਲੇ ਤਾਂ ਇਹ ਵੀ ਹੈ ਕਿ 10 ਹਜ਼ਾਰ ਰੁਪਏ ਦੀ ਇੱਕ ਵੋਟ ਤੱਕ ਦੀਆਂ ਗੱਲਾਂ ਵੀ ਹਵਾ ਚ ਨੇ। ਚਾਹੇ ਇਹ ਗੱਲ ਕਿੰਨੀ ਸਹੀ ਹੈ, ਕਿੰਨੀ ਗਲਤ ਹੈ, ਪਰ ਤੁਹਾਨੂੰ ਪਤਾ ਹੈ ਕਿ ਇੱਕ ਸਮੇਂ ਫਰੀਦਕੋਟ ਤੋਂ
ਸ਼ੁਰੂ ਹੋਈ ਇਸ ਗੇਮ ਨੇ ਪੰਜਾਬ ਦੇ ਵਿਚ ਲੋਕਤੰਤਰ ਦਾ ਕਾਫੀ ਕੋਝਾ ਮਜ਼ਾਕ ਬਣਾਇਆ ਹੋਇਆ ਔਰ ਇਹ ਜਿਹੜੀ ਵੋਟਾਂ ਨੂੰ ਖਰੀਦਣ ਤੇ ਵੰਡਣ ਦੀ ਜਿਹੜੀ ਗੱਲ ਹੈ ਇਹ ਪੈਸੇ ਵੰਡਣ ਦੀ ਜਿਹੜੀ ਗੱਲ ਹੈ ਇਹ ਮੈਂ ਸਮਝਦਾ ਕਿ ਕੋਈ ਜ਼ਿਆਦਾ ਸਹੀ ਤਰੀਕਾ ਨਹੀਂ ਇਸ ਚੋਣ ਜਿੱਤਣ ਦਾ ਹਾਲਾਂਕਿ ਚੋਣ ਕਮਿਸ਼ਨ ਨੇ ਕਾਫੀ ਜ਼ਿਆਦਾ ਬੰਦਿਸ਼ਾਂ ਲਾਈਆਂ ਹੋਈਆਂ ਨੇ ਪਰ ਇਸ ਦੇ ਬਾਵਜੂਦ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਚੋਰ ਮੋਰੀਆਂ ਰਾਹੀਂ ਬਹੁਤ ਕੁਛ ਹੋ ਰਿਹਾ ਅੱਜ ਅਚਾਨਕ ਜ਼ੀ ਟੀਵੀ ਤੇ ਰਾਜ ਸਭਾ ਮੈਂਬਰ ਦੇ ਕੁਛ ਜਿਹੜੀ ਟੀਮ ਦੇ ਮੈਂਬਰ ਕੋਈ ਇੰਟਰਵਿਊ ਦੇ ਸਿਲਸਿਲੇ ਦੇ ਵਿਚ ਮੇਰੇ ਕੋਲ ਆਏ ਹੋਏ ਸੀ ਉਸੇ ਟਾਈਮ ਮੇਰੇ ਕੋਲ ਇਕ ਫੋਨ ਆਇਆ ਜਿਸ ਚ ਕਿਹਾ ਗਿਆ ਸੰਗਰੂਰ ਤੋਂ ਸੀ ਕੋਈ ਰਾਮ ਕੁਮਾਰ ਯਾਦਵ ਦਾ ਕਿ ਜੀ ਆਜ਼ਾਦ ਦਾ ਕਿ ਜੀ ਤੁਸੀਂ ਇੱਥੇ ਦੇਖੋ ਜੇ ਕਹਿ ਸਕਦੇ ਹੋ ਤਾਂ ਚੋਣ ਕਮਿਸ਼ਨ ਨੂੰ ਕਹੋ ਇੱਕ ਪ੍ਰੈਸ ਦੀ ਗੱਡੀ ਦੀ ਸ਼ਰਾਬ ਵੰਡੀ ਜਾ ਰਹੀ ਹੈ ਸੋ ਇਸ ਕਿਸਮ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਪੈਸੇ ਵੰਡਣ ਦੀਆਂ ਖਬਰਾਂ ਵੀ ਆ ਰਹੀਆਂ ਨੇ ਸ਼ਰਾਬ ਔਰ ਨਸ਼ੇ ਵੰਡਣ ਦੀਆਂ ਖਬਰਾਂ ਵੀ ਆ ਰਹੀਆਂ ਨੇ ਜੇ ਇਸ ਤਰ੍ਹਾਂ ਹੋ ਰਿਹਾ ਇਹਦਾ ਖਦਸ਼ਾ ਪਹਿਲਾਂ ਹੀ ਸੀ ਹਾਲਾਂਕਿ ਚੋਣ ਕਮਿਸ਼ਨ ਨੇ ਵੱਡੇ ਪੱਧਰ ਤੇ ਰੋਕ ਜਿਹੜੀ ਹੈ ਲਾਈ ਹੋਈ ਹੈ ਥਾਂ ਥਾਂ ਤੇ ਚੈਕਿੰਗ ਹੋ ਰਹੀ ਹੈ ਅੱਜ ਘੱਟੋ ਘੱਟ ਜਦੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਕੁਛ ਵਿਧਾਨ ਸਭਾ ਹਲਕਿਆਂ ਚ ਗਿਆ ਤੇ ਉੱਥੋਂ ਵਾਪਸ ਆ ਰਿਹਾ ਸੀ ਤੇ ਉੱਥੇ ਘੱਟੋ ਘੱਟ ਤਿੰਨ ਵਾਰ ਗੱਡੀ ਦੀ ਜਿਹੜੀ ਚੈਕਿੰਗ ਪੁਲਿਸ ਤੇ CRPO ਵੀ ਪੰਜਾਬ ਪੁਲਿਸ ਨਹੀਂ ਹੁੰਦੀ ਉਹ ਕੀਤੀ ਗਈ ਕਿ ਗੱਡੀ ਦੇ ਵਿਚ ਕੁਛ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਪਾਸੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਜਿਹੜੀ ਹੈ ਉਸ ਵੱਲ ਇਸ਼ਾਰਾ ਕਰਦੀਆਂ ਨੇ ਕਿ ਕਾਫੀ ਠੀਕ ਕਰ ਰਿਹਾ ਦੂਜੇ ਪਾਸੇ ਉਹ ਇਹ ਵੀ ਇਸ਼ਾਰਾ ਕਰਦੀਆਂ ਨੇ ਕਿ ਜਿਹੜੇ ਕੈਂਡੀਡੇਟ ਨੇ ਉਹ ਹਰ ਹੀਲੇ ਜਿੱਤਣ ਲਈ ਜਿਹੜੇ ਹੈ ਉਹ ਤਿਆਰੀ ਕਰ ਰਹੇ ਨੇ ਜਾਂ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਹੁਣ ਤੁਹਾਨੂੰ ਦੱਸਿਆ ਕਿ ਦਿਨ ਇੱਕ ਰਹਿ ਗਿਆ ਸਮਝੋ ਸਿਰਫ ਜਿਹੜਾ ਕਾਊਂਟਡਾਊਨ ਹੋ ਚੁੱਕਿਆ ਤੇ ਪਰਸੋਂ ਸਵੇਰੇ ਵੋਟਾਂ ਪੈਣੀਆਂ ਨੇ ਜਿਹੜਾ ਵੋਟਾਂ ਦਾ ਅਮਲਾ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਨੇ ਉਧਰ ਨੂੰ ਤਿਆਰੀਆਂ ਕਰ ਰਹੇ ਨੇ ਰਹਿੰਦੇ ਕੱਲ ਪਹੁੰਚ ਜਾਣਗੇ ਔਰ ਇਸ ਸਮੇਂ ਜਿਹੜੇ ਸਾਡੇ ਬਹੁਤ ਸਾਰੇ ਲੋਕ ਜਿਹੜੇ ਉਮੀਦਵਾਰ ਨੇ ਜਾਂ ਜਿਹੜੇ ਲੋਕ ਉਹਨਾਂ ਦੇ ਨਾਲ ਲੱਗੇ ਹੋਏ ਨੇ ਉਹ ਆਖਰੀ ਮੂਮੈਂਟ ਤੇ ਮੰਨਣ ਤੇ ਜਿਹੜੇ ਮਨਾਉਣ ਦੀਆਂ ਗੱਲਾਂ ਉਹ ਵੀ ਹੋ ਰਹੀਆਂ ਨੇ ਜਿੱਥੇ ਤੱਕ ਪਤਾ ਲੱਗਿਆ ਕਿ ਕਾਫੀ ਕੁਛ ਜਿਹੜਾ ਹੈ ਆਜ਼ਾਦ ਉਮੀਦਵਾਰਾਂ ਨੂੰ ਮਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਨੇ ਕਿ ਉਹ ਅਖੀਰਲੇ ਥਾਂ ਤੇ ਖਾਸ ਤੌਰ ਤੇ ਜਿਨ੍ਹਾਂ ਦਾ ਕੋਈ ਮਾੜਾ ਮੋਟਾ ਵੋਟ ਬੈਂਕ ਕਿਸੇ ਵੀ ਪਾਰਟੀ ਨੂੰ ਨਜ਼ਰ ਆਉਂਦਾ ਹੈ ਉਹ ਉਸ ਨੂੰ ਮਨਾਉਣ ਦੀ ਕੋਸ਼ਿਸ਼ ਚ ਨੇ ਕਿ ਤੁਸੀਂ ਇਹ ਜਾ ਕੇ ਅਖੀਰਲੇ ਮੂਮੈਂਟ ਤੇ ਉਹ ਕਿਸੇ ਖਾਸ ਉਮੀਦਵਾਰ ਦੀ ਮਦਦ ਤਾਂ ਕਿ ਕੀਤੀ ਜਾ ਸਕੇ ਸੋ ਪਹਿਲੇ ਦਰਸ਼ਕੋ ਅਸੀਂ ਤੁਹਾਨੂੰ ਲਗਾਤਾਰ ਕੋਸ਼ਿਸ਼ ਕੀਤੀ ਪਿਛਲੇ ਜਿਹੜਾ ਹੈ ਇੱਕ ਤਰੀਕ ਤੋਂ ਕਿ ਕੁਛ ਗੱਲ ਜਿਹੜੀ ਹੈ ਨਿਰਪੱਖ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇਸ ਸੰਬੰਧ ਤੁਹਾਡੇ ਨਾਲ ਕਰ ਸਕੀਏ ਕੁਛ ਦੋਸਤਾਂ ਨੇ ਲਿਖਿਆ ਕਿ ਜਦੋਂ ਕਿ ਮਨਪ੍ਰੀਤ ਬਾਦਲ ਜਾਂ ਸਾਂਝਾ ਮੋਰਚਾ ਬਾਰੇ ਗੱਲ ਹੁੰਦੀ ਹੈ ਖਬਰ ਤੇ ਨਜ਼ਰ ਦੇ ਵਿਚ ਤੁਸੀਂ ਇਸ ਨੂੰ ਜ਼ਿਆਦਾ ਨਹੀਂ ਉਭਾਰਦੇ ਮੈਂ ਇਹ ਕਹਿਣਾ ਕਿਉਂਕਿ ਇਹ ਪ੍ਰੋਗਰਾਮ ਤਾਂ ਲਗਾਤਾਰ ਤੁਹਾਡੇ ਸਾਹਮਣੇ ਰਹਿਣਾ ਸਾਡੀ ਕੋਸ਼ਿਸ਼ ਰਹੀ ਕਿ ਇਸ ਪ੍ਰੋਗਰਾਮ ਤੇ ਕੋਈ ਕਿਸੇ ਕਿਸਮ ਦਾ ਪ੍ਰਚਾਰ ਕਰਨ ਦੀ ਬਜਾਏ ਗੱਲਬਾਤ ਤਾਂ ਹੋ ਸਕੇ ਅਸੀਂ ਕਈ ਲੋਕਾਂ ਨੂੰ ਲਿਆ ਆਪਣੇ ਫੋਨ ਕਾਲ ਤੇ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਦੀ ਇੱਛਾ ਵੀ ਰਹੀ ਕਿ ਕਿਸੇ ਪਾਰਟੀ ਦੀ ਅਸੀਂ ਗੱਲ ਵੀ ਕਰੀਏ ਕਿਸੇ ਨੇ ਕੋਸ਼ਿਸ਼ ਵੀ ਕੀਤੀ ਪਰ ਅਸੀਂ ਸਪਸ਼ਟ ਕੀਤਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਨਿਰਪੱਖ ਗੱਲ ਜਿਹੜੀ ਲੋਕਾਂ ਤੱਕ ਲੈ ਕੇ ਜਾਈਏ ਕੋਸ਼ਿਸ਼ ਤੋਂ ਕਿੰਨਾ ਕੁ ਬੂਰ ਪਿਆ ਇਹ ਤਾਂ ਤੁਸੀਂ ਜਾਣਦੇ ਜਾਂ ਖੁਦਾ ਜਾਣਦਾ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਆਪਣੇ ਮਨੋਂ ਇਹ ਕੋਸ਼ਿਸ਼ ਕੀਤੀ ਹੈ ਦਿਲੋਂ ਕੋਸ਼ਿਸ਼ ਕੀਤੀ ਹੈ ਕਿ ਕੋਈ ਨਿਰਪੱਖ ਮੀਡੀਆ ਲੋਕਾਂ ਦੀ ਤੱਕ ਗੱਲ ਕਰ ਸਕੇ ਹੁਣ ਵੋਟਾਂ ਪੈਣੀਆਂ ਨੇ 6 ਮਾਰਚ ਨੂੰ ਐਲਾਨ ਹੋਣਾ ਹੈ ਇਹ ਜਿਹੜਾ ਇਲੈਕਸ਼ਨ ਸਪੈਸ਼ਲ ਅਪਡੇਟ ਹੈ ਇਹ ਤਾਂ ਹੁਣ ਖਤਮ ਹੋਣ ਜਾ ਰਿਹਾ ਲੇਕਿਨ ਇੱਕ ਗੱਲ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਇਸ ਪ੍ਰੋਗਰਾਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਬਰ ਤੇ ਨਜ਼ਰ ਨੂੰ ਅਸੀਂ ਗਾਹੇ ਬਗਾਹੇ ਇਸੇ ਮੰਚ ਤੇ ਤੁਹਾਡੇ ਨਾਲ ਅਸੀਂ ਰੂਬਰੂ ਹੁੰਦੇ ਰਹਾਂਗੇ ਤੁਹਾਡੇ ਨਾਲ ਮੁਖਾਤਬ ਹੋਵਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ
ਔਰ ਅਸੀਂ ਚਾਹਾਂਗੇ ਕਿ ਇਹ ਸਿਲਸਿਲਾ ਲਗਾਤਾਰ ਚੱਲਦਾ ਰਹੇ ਔਰ ਜਿਹੜੇ ਅਲਟਰਨੇਟ ਮੀਡੀਆ ਦੀ ਅਸੀਂ ਸ਼ੁਰੂਆਤ ਕੀਤੀ ਹੈ ਉਹ ਜਿਹੜਾ ਹੈ ਜਾਰੀ ਰਹੇ ਭਾਵੇਂ ਕਿ ਕਈ ਵਾਰੀ ਮੈਂ ਇਹ ਨਹੀਂ ਕਹਿੰਦਾ ਕਿ ਰੈਗੂਲਰ ਤੌਰ ਤੇ ਤੁਹਾਡੇ ਨਾਲ ਜਿਹੜਾ ਹੈ ਇਹ ਪ੍ਰੋਗਰਾਮ ਕੋਸ਼ਿਸ਼ ਕਰਾਂਗੇ ਕਿ ਲਗਾਤਾਰ ਤੁਹਾਡੇ ਨਾਲ ਰਾਬਤਾ ਰੱਖ ਸਕੀਏ ਸੋ ਇਸ ਪ੍ਰੋਗਰਾਮ ਦੇ ਵਿਚ ਹੋਰ ਕਿਸੇ ਕਿਸਮ ਦੀ ਤੁਸੀਂ ਗੱਲ ਚਾਹੁੰਦੇ ਹੋ ਜਾਂ ਜਦੋਂ ਇਲੈਕਸ਼ਨ ਖਤਮ ਹੋ ਜਾਂਦੇ ਨੇ ਪਰਸੋਂ ਉਸ ਤੋਂ ਬਾਅਦ ਤੁਸੀਂ ਕਿਸ ਕਿਸਮ ਦੀ ਜਿਹੜਾ ਹੈ ਇਸ ਪ੍ਰੋਗਰਾਮ ਦੀ ਰੂਪ ਰੇਖਾ ਚਾਹੁੰਦੇ ਹੋ ਮੈਨੂੰ ਤੁਹਾਡੇ ਸੁਝਾਅ ਜਿਹੜੇ ਹੈ ਉਹਨਾਂ ਦੀ ਉਡੀਕ ਰਹੇਗੀ ਤਾਂ ਕਿ ਜੇ ਤੁਸੀਂ ਉਸ ਦੇ ਬਾਰੇ ਕੋਈ ਵਧੀਆ ਸੁਝਾਅ ਜਿਹੜਾ ਦੇ ਸਕੋ ਤਾਂ ਉਸ ਤਰੀਕੇ ਨਾਲ ਅਸੀਂ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਸਕਾਂਗੇ ਇਹ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਇਹ ਵੈਂਚਰ ਲੱਗੀ ਕਿਸ ਤਰ੍ਹਾਂ ਦਾ ਇਹ ਅਲਟਰਨੇਟ ਮੀਡੀਆ ਜਿਹੜਾ ਲੋਕਾਂ ਦਾ ਮੀਡੀਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਲੱਗਿਆ ਕਿਉਂਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਸ ਨੇ ਤਾਂ ਆਪਣੀਆਂ ਬੰਦਿਸ਼ਾਂ ਹੁੰਦੀਆਂ ਨੇ ਆਪਣੇ ਉਹਦੇ ਫਾਇਦੇ ਹੁੰਦੇ ਨੇ ਆਪਣੇ ਉਹਦੇ ਨੁਕਸਾਨ ਹੁੰਦੇ ਨੇ ਇਹ ਕਿਸ ਕਿਸਮ ਦੀ ਜਿਹੜੀ ਹੈ ਅਲਟਰਨੇਟ ਮੀਡੀਆ ਦੀ ਰੂਪ ਰੇਖਾ ਬਣਦੀ ਹੈ ਜਾਂ ਬਣਨੀ ਚਾਹੀਦੀ ਹੈ ਜਾਂ ਇਹਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਕੋਈ ਅਸਰ ਵੀ ਇਹਦੇ ਚ ਜਿਹੜਾ ਹੈ ਲੋਕਾਂ ਤੇ ਪੈਂਦਾ ਇਹ ਸਾਰੀਆਂ ਗੱਲਾਂ ਦਾ ਜਵਾਬ ਤੁਹਾਡੇ ਕੋਲ ਹੈ ਤੁਸੀਂ ਜਿਹੜਾ ਹੈ ਇਸ ਪ੍ਰੋਗਰਾਮ ਲਈ ਅਗਵਾਈ ਕਰੋਗੇ ਇਸ ਗੱਲ ਦੀ ਮੈਨੂੰ ਆਸ ਹੈ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਭਵਿੱਖ ਦੇ ਵਿਚ ਕੋਈ ਨਵਾਂ ਰੂਪ ਰੇਖਾ ਦੇ ਕੇ ਇਸ ਨੂੰ ਜਾਰੀ ਰੱਖ ਸਕੀਏ ਫਿਲਹਾਲ ਇਹ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਹੈ ਇਸ ਕਰਕੇ ਇਹ ਪੇਸ਼ ਕਰਨਾ ਸ਼ੁਰੂ ਕੀਤਾ ਗਿਆ ਸੀ ਕਿ ਅਸੀਂ ਇੱਕ ਨਿਰਪੱਖ ਕਿਸਮ ਦੀ ਰਾਏ ਤੁਹਾਡੇ ਸਾਹਮਣੇ ਰੱਖੀਏ ਅਸੀਂ ਕਿੰਨੇ ਕੁ ਕਾਮਯਾਬ ਹੋਏ ਇਹ ਤੁਸੀਂ ਮੈਨੂੰ ਲਿਖ ਭੇਜੋਗੇ ਮੇਲ ਕਰੋਗੇ ਮੈਨੂੰ ਟੈਲੀਫੋਨ ਕਰੋਗੇ ਜਾਂ ਈਮੇਲ ਕਰੋਗੇ ਮੇਰਾ ਟੈਲੀਫੋਨ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 98723 143 80 ਮੇਰਾ ਈਮੇਲ ਆਈ ਡੀ ਹੈ ਹਰਜਿੰਦਰ ਵਾਲੀਆ@gmail.com ਤੁਹਾਡਾ ਬਹੁਤ ਬਹੁਤ ਧੰਨਵਾਦ